ਜਲੰਧਰ ਦਾ ਮਸ਼ਹੂਰ ਇਤਿਹਾਸਿਕ ਅਤੇ ਸਭਨਾ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਸ਼੍ਰੀ ਸਿੱਧ ਬਾਬਾ ਸੋਡਲ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼੍ਰੀ ਸਿੱਧ ਬਾਬਾ ਸੋਡਲ ਦੇ ਝੁਕਾਰਿਆਂ ਦੀ ਗੂੰਜ ਦੇ ਵਿੱਚ ਸ਼੍ਰੀ ਸਿੱਧ ਬਾਬਾ ਸੋਡਲ ਮੇਲੇ ਦਾ ਆਗਾਜ਼ ਹੋ ਗਿਆ ਹੈ। ਇਸ ਦੌਰਾਨ ਛੱਡਾ ਬਰਾਦਰੀ ਦੇ ਪ੍ਰਧਾਨ ਬੱbbi ਛੱਡਾ, ਚੇਅਰਮੈਨ ਸ਼ਾਮ ਲਾਲ ਛੱਡਾ, ਟਰਸਟੀ ترਸੇਮ ਕਪੂਰ, ਰਾਜਨ ਸ਼ਾਰਦਾ, ਹਿਤੇਸ਼ ਛੱਡਾ, ਲਲਿਤ ਮੋਹਨ ਛੱਡਾ ਅਤੇ ਹੋਰ ਵੀ ਮੌਜੂਦ ਰਹੇ। ਭਗਤ ਬੈਂਡ ਬਾਜੀਆਂ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਉਤੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਮੇਲੇ ਨੂੰ ਲੈ ਕੇ ਮੰਦਰ ਦੀ ਵੀ ਖੂਬ ਸਜਾਵਟ ਕੀਤੀ ਗਈ ਹੈ ਜੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਦੇ ਉਤੇ ਵੇਖ ਸਕਦੇ ਹੋ ਮੇਲੇ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਭਗਤਾਂ ਦੀ ਆਮਦ ਹੋ ਰਹੀ ਹੈ ਮੰਦਰ ਦੇ ਅੰਦਰ ਅਤੇ ਆਸ-ਪਾਸ ਮੇਲਾ ਦੇਖਣ ਆਏ ਲੋਕਾਂ ਦੀ ਭੀੜ ਲੱਗ ਰਹੀ ਹੈ ਮੇਲੇ ਦੇ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਲਗੀਆਂ ਹੋਈਆਂ ਨੇ ਉੱਥੇ ਹੀ ਝੂਲੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਕਈ ਇੰਤਜ਼ਾਮ ਕੀਤੇ ਗਏ ਨੇ। ਛੱਡਾ ਬਰਾਦਰੀ ਦੇ ਪ੍ਰਧਾਨ ਵਿਪਨ ਛੱਡਾ ਨੇ ਦੱਸਿਆ ਕਿ ਝੰਡਾ ਰਸਮ ਤੋਂ ਬਾਅਦ 9 ਸਤੰਬਰ ਯਾਨੀ ਕਿ ਅੱਜ ਸਵੇਰੇ 10 ਵਜੇ ਹਵਨ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਛੱਡਾ ਬਰਾਦਰੀ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਹੋਏ। ਇਹ ਸੁਪਰੰਤ ਤਿੰਨ ਦਿਨ ਲੰਗਰ ਲਗਾਤਾਰ ਚੱਲੇਗਾ ਉਹਨਾਂ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਖੇਤਰੀ ਪੂਜਨ ਦੀ ਵੀ ਸ਼ੁਰੂਆਤ ਹੋ ਜਾਵੇਗੀ ਜਿਕਰ ਹੋ ਗਿਆ ਕਿ ਹਰ ਸਾਲ ਸਪਟੰਬਰ ਮਹੀਨੇ ਦੇ ਵਿੱਚ ਆਉਣ ਵਾਲਾ ਸ਼੍ਰੀ ਸਿੱਧ ਬਾਬਾ ਸੋਡਲ ਮੇਲੇ ਦਾ ਆਯੋਜਨ ਹਮੇਸ਼ਾ ਹੀ ਬੜੀ ਤੂਮਤਾਂ ਦੇ ਨਾਲ ਕੀਤਾ ਜਾਂਦਾ ਹੈ ਦੂਰ ਦਰਾੜਿਆਂ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਜਲੰਧਰ ਤੋਂ ਅੱਜ ਦੀ ਆਵਾਜ਼ ਦੇ ਲਈ ਮਲਕੀਤ ਸਿੰਘ ਬਰਾੜ ਦੀ ਰਿਪੋਰਟ